ਦੇਸ਼ ਨੂੰ ਆਜ਼ਾਦ ਹੋਇਆ ਤਾਂ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਤੁਸੀਂ ਕਹਿੰਦੇ ਸਾਨੂੰ ਪਾਣੀ ਹੈ ਪਾਣੀ ਅੱਜ ਤੱਕ ਨਹੀਂ ਆਏ, ਟੂਟੀ ਲੱਗੀ ਹੋਈ ਨਹੀਂ ਕਦੇ ਅੱਜ ਤੱਕ ਸਰਕਾਰੀ ਹਸਪਤਾਲ ਜਿਹੜਾ ਮਾੜਾ ਪਹੁੰਚ ਨਹੀਂ ਕੀਤੀ ਸਰਕਾਰੀ ਟੂਟੀ ਲਵਾਉਣ ਦੀ। ਬਹੁਤ ਪਹੁੰਚ ਕੀਤੀ ਜੀ, ਐਪਲੀਕੇਸ਼ਨਾਂ ਵੀ ਦਿੱਤੀਆਂ, ਪਰ ਕੋਈ ਸੁਣਵਾਈ ਨਹੀਂ ਕਰ ਰਿਹਾ, ਸਰਕਾਰਾਂ ਤੱਕ ਵੀ ਮੰਤਰੀਆਂ ਤੱਕ ਵੀ ਸਿਫਾਰਿਸ਼ਾਂ ਪਾ ਕੇ ਦੇਖ ਲਈਆਂ, ਪਰ ਕੋਈ ਨਹੀਂ ਸੁਣਵਾਈ ਕਰ ਰਹੀ। ਹੁਣ ਜਿਵੇਂ ਮੌਜੂਦਾ ਸਰਕਾਰ ਹੈ, ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਹਰ ਇੱਕ ਗਰੀਬ ਦਾ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਰ ਇੱਕ ਗਰੀਬ ਤੱਕ ਪਹੁੰਚ ਕਰ ਰਹੇ, ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ, ਫਿਰ ਤੁਹਾਨੂੰ ਸਹੂਲਤਾਂ ਨਹੀਂ ਮਿਲਦੀਆਂ। ਪਾਣੀ ਤੁਸੀਂ ਲੈ ਕੇ ਕਿੱਥੋਂ ਆਉਂਦੇ? ਪਾਣੀ ਖੂਹ ਹੈ ਜੀ, ਤੁਹਾਡੇ ਸਾਹਮਣੇ ਕੰਡੇ ਲੱਗੇ ਹੋਏ, ਬਾਹਰ ਦੀਆਂ ਲੈ ਕੇ ਖਿੱਚੀਦਾ ਜੀ, ਪਰ ਉਹਨਾਂ ਕੇ ਪੀਣੇ ਜੋਗਾ ਹੀ ਹੁੰਦਾ, ਨਹਾਉਣ ਵਾਸਤੇ ਤਾਂ ਪਾਣੀ ਉਹਰਾ ਪਰਾਂ ਦੇ ਟੈਂਕੀਆਂ ਰਾਹੀਂ ਢੋਣਾ ਪੈਂਦਾ ਜੀ। ਪਾਣੀ ਮਿਲਦਾ ਨਹੀਂ, ਖੂਹ ਵੀ ਸੁੱਕ ਜਾਂਦਾ ਜੀ, ਪਾਣੀ ਹੈ ਨਹੀਂ ਮਿਲਦਾ ਜੀ, ਰੋਹਿਤ ਬਹੁਤ ਔਖੀ ਆਈ ਸਾਨੂੰ। ਕੇਪੀ ਰਾਣਾ ਜੀ ਆਏ ਇੱਥੇ ਬੈਠ ਕੇ ਵਿਹੜੇ ਵਿੱਚ, ਕਹਿ ਕੇ ਗਏ ਤੁਹਾਨੂੰ ਪਾਣੀ ਦਾ ਪ੍ਰਬੰਧ ਹੋਊਗਾ, ਸਰਕਾਰ ਆ ਕੇ ਵੀ ਚੱਲ ਗਈ ਪਰ ਪਾਣੀ ਦਾ ਪ੍ਰਬੰਧ ਨਹੀਂ ਹੋਇਆ। ਹਰਜੋਤ ਮਹਿ ਜੀ ਨੂੰ ਸਭ ਤੋਂ ਪਹਿਲਾਂ ਅਸੀਂ ਇਹੀ ਕਿਹਾ ਸੀ ਕਿ ਸਾਡੇ ਪਿੰਡ 'ਚ ਵਾਟਰ ਸਪਲਾਈ ਨਹੀਂ ਆ, ਉਦੋਂ ਦਾ ਜਿਸ ਟਾਈਮ ਵੋਟਾਂ ਮੰਗਣ ਆਏ, ਹਾਂਜੀ ਕਰਾਂਗੇ ਜੀ, ਤੁਸੀਂ ਸਾਨੂੰ ਵੋਟ ਪਾਓ, ਅਸੀਂ ਜ਼ਰੂਰ ਕਰਾਂਗੇ, ਪਰ ਅੱਜ ਤੱਕ ਬੱਟੀ ਨਹੀਂ ਵਾਹੀ, 2.5 ਸਾਲ ਹੋ ਗਏ। ਤੁਹਾਡੇ ਬਿਲਕੁਲ ਪਿੰਡ ਦੇ ਨਾਲ ਤਾਂ ਨਹਿਰ ਚੱਲਦੀ ਹੈ, ਨਹਿਰ ਦੇ ਵਿੱਚੋਂ ਨਹੀਂ ਪਾਣੀ ਸਪਲਾਈ ਆ ਸਕਦੀ? ਨਹਿਰ ਡੁੱਬਣ ਵਾਸਤੇ ਹੀ ਆ ਜੀ, ਪੀਣ ਵਾਸਤੇ ਤਾਂ ਨਹਿਰ ਵਾਲੇ ਵੀ ਨਹੀਂ ਚੱਕਣ ਦਿੰਦੇ ਪਾਣੀ, ਨਾ ਉਹ ਗੰਦਾ ਪਾਣੀ ਉੱਧਰ ਸੁੱਟਣ ਦਿੰਦੇ, ਇੱਧਰ ਪਿੰਡ ਬਰਖਾ ਵਾਲਾ ਪਾਣੀ ਉਹ ਡੁੱਬਣ ਵਾਸਤੇ ਤਿਆਰ ਹੋ ਜਾਂਦਾ। ਅਸੀਂ ਲੋਕਾਂ ਨੇ ਇਹੋ ਜਿਹੇ ਮਨ ਬਣਾ ਲਏ, ਜਿਹੜੇ ਸਾਡੇ ਕੰਮ ਕਰਾਉਂਗੇ ਅਸੀਂ ਆਉਣ ਵਾਲੇ ਟਾਈਮਾਂ ਦੇ ਵਿੱਚ ਵੋਟ ਉਹਨੂੰ ਪਾਉਂਗੇ, ਜਿਹੜਾ ਸਾਡਾ ਕੰਮ ਨਹੀਂ ਕਰਾਊਂਗਾ ਆਪਾਂ ਜੁੱਤੀ ਲੈ ਕੇ ਪਿੰਡਾਂ 'ਚੋਂ ਉਹਨਾਂ ਨੂੰ ਭਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਬੁੱਧ ਸਿੰਘ ਰਾਣਾ। ਅਸੀਂ ਪਹੁੰਚੇ ਹਾਂ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 11 ਵਿਖੇ, ਪਿੰਡ ਪਗਵਾਲਾ। ਕਹਿੰਦੇ ਨੇ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਆਈਆਂ, ਪਰ ਕੁਝ ਇਲਾਕੇ ਅਜਿਹੇ ਵੀ ਨੇ ਜਿੱਥੇ ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ। ਜੇ ਇਸ ਪਗਵਾਲਾ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਅੱਜ ਤੱਕ ਪਾਣੀ ਦੀ ਜਿਹੜੀ ਸਪਲਾਈ ਹੈ ਖਾਸ ਤੌਰ 'ਤੇ ਜਿੱਦਾਂ ਆਪਾਂ ਕਹਿੰਦੇ ਸਰਕਾਰੀ ਮਹਿਕਮੇ ਅਧੀਨ ਜਿਹੜਾ ਪਾਣੀ ਸਪਲਾਈ ਦਿੱਤਾ ਜਾਂਦਾ ਹੈ ਵਾਟਰ ਸਪਲਾਈ ਰਾਹੀਂ, ਉਹ ਅੱਜ ਤੱਕ ਇਸ ਪਿੰਡ ਨੂੰ ਪਾਣੀ ਦੀ ਸਪਲਾਈ ਨਹੀਂ ਮਿਲੀ, ਜਿਸ ਕਰਕੇ ਪਿੰਡ ਦੇ ਲੋਕਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ। ਗੱਲਬਾਤ ਜ਼ਰੂਰ ਕਰਾਂਗੇ ਪਿੰਡ ਦੇ ਲੋਕ ਸਾਡੇ ਨਾਲ ਆ ਜਾਂਦੇ। ਬਾਈ ਜੀ, ਕੀ ਨਾਂ ਆਪਣਾ? ਹਰਚਰਨ ਸਿੰਘ ਹੈ ਜੀ। ਜਿਹੜੀ ਪਾਣੀ ਦੀ ਸਮੱਸਿਆ ਹੈ ਤੁਹਾਡੇ ਇੱਥੇ, ਤੁਸੀਂ ਜਿਵੇਂ ਗੱਲਬਾਤ ਕਰਦੇ ਸੀ ਪਹਿਲਾਂ ਸਾਡੇ ਨਾਲ, ਤੁਸੀਂ ਕਿਹਾ ਕਿ ਪਾਣੀ ਸਾਡੇ ਪਿੰਡ ਹੈਗਾ ਇੱਥੇ ਵਾਟਰ ਸਪਲਾਈ ਦਾ ਪਾਣੀ ਨਹੀਂ ਆ ਰਿਹਾ। ਦੇਸ਼ ਨੂੰ ਆਜ਼ਾਦ ਹੋਇਆ ਤਾਂ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਤੁਸੀਂ ਕਹਿੰਦੇ ਸਾਨੂੰ ਪਾਣੀ ਹਜੇ ਤੱਕ ਨਹੀਂ, ਪਾਣੀ ਅੱਜ ਤੱਕ ਨਹੀਂ ਆਏ, ਟੂਟੀ ਲੱਗੀ ਹੋਈ ਨਹੀਂ ਕਦੇ ਅੱਜ ਤੱਕ ਸਰਕਾਰੀ ਸਾਡੇ ਪਿੰਡ ਦੀ। ਜਿਹੜਾ ਮਾੜਾ ਪਹੁੰਚ ਨਹੀਂ ਕੀਤੀ ਸਰਕਾਰੀ ਟੂਟੀ ਲਵਾਉਣ ਦੀ? ਬਹੁਤ ਪਹੁੰਚ ਕੀਤੀ ਜੀ, ਐਪਲੀਕੇਸ਼ਨਾਂ ਵੀ ਦਿੱਤੀਆਂ, ਪਰ ਕੋਈ ਸੁਣਵਾਈ ਨਹੀਂ ਕਰ ਰਿਹਾ, ਸਰਕਾਰਾਂ ਤੱਕ ਵੀ ਮੰਤਰੀਆਂ ਤੱਕ ਵੀ ਸਿਫਾਰਿਸ਼ਾਂ ਪਾ ਕੇ ਦੇਖ ਲਈਆਂ, ਪਰ ਕੋਈ ਨਹੀਂ ਸੁਣਵਾਈ ਕਰ ਰਿਹਾ ਜੀ। ਹੁਣ ਜਿਵੇਂ ਮੌਜੂਦਾ ਸਰਕਾਰ ਹੈ, ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਹਰ ਇੱਕ ਗਰੀਬ ਦਾ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਰ ਇੱਕ ਗਰੀਬ ਤੱਕ ਪਹੁੰਚ ਕਰ ਰਹੇ, ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ, ਪਰ ਤੁਹਾਨੂੰ ਸਹੂਲਤਾਂ ਨਹੀਂ ਮਿਲੀਆਂ? ਵੀਰਾ ਜੀ, ਕੋਈ ਸਹੂਲਤਾਂ ਨਹੀਂ ਇੱਥੇ, ਮੰਤਰੀ ਸਾਹਿਬ ਆਸ਼ਰਮ 'ਚ ਵੀ 2 ਵਾਰੀ ਆਏ, ਉੱਥੇ ਵੀ ਉਹਨਾਂ ਨੂੰ ਅਪੀਲ ਕੀਤੀ, ਕਸ਼ਮੀਰੀਆ ਚਾਚਾ ਜੀ ਇੱਥੇ ਸਰਪੰਚ ਸਾਹਿਬ ਹੈ, ਉਹਨਾਂ ਨੇ ਵੀ ਵਾਰ ਵਾਰ ਅਪੀਲ ਕੀਤੀ, ਜਿਹੜੇ ਮਾੜੇ ਮੋਟੇ ਮੋਹਰੇ ਵਾਲੇ ਚਮਚੇ ਆ ਉਹੀ ਅੱਗੇ ਪਿੱਛੇ ਕਰਕੇ ਲੈ ਜਾਂਦੇ ਜੀ, ਕੋਈ ਨਹੀਂ ਸੁਣਦਾ ਹੈ। ਪਹਿਲਾਂ ਪਿਛਲੀਆਂ ਸਰਕਾਰਾਂ ਰਹੀਆਂ, ਭਾਵੇਂ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਉਹ ਤੋਂ ਬਾਅਦ ਜੇ ਆਪਾਂ ਕਹੀਏ ਇੱਥੇ ਸਪੀਕਰ ਰਾਣਾ ਕੇਪੀ ਹੋਣੀ ਰਹੇ ਆ, ਉਹਨਾਂ ਨੇ ਰਾਣਾ ਹੁਣ ਉਹਨਾਂ ਨੂੰ ਵੀ ਕਹਿ ਕੇ ਦੇਖ ਲਿਆ ਜੀ, ਉਹਨਾਂ ਨੇ ਵੀ ਅੱਜ ਤੱਕ ਕੁਛ ਨਹੀਂ ਸੁਣਿਆ ਜੀ। ਮਤਲਬ ਤੁਹਾਡਾ ਇਹ ਆ ਵੀ ਕਿ ਅੱਜ ਤੱਕ ਕਿਸੇ ਨੇ ਸੁਣਾਈ ਨਹੀਂ ਕੀਤੀ? ਕਿਸੇ ਨੇ ਨਹੀਂ ਸੁਣਵਾਈ ਕੀਤੀ ਜੀ, ਬਹੁਤ ਵਾਰੀ ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ, ਵਾਟਰ ਸਪਲਾਈ ਵਾਲੇ ਨੂੰ ਵੀ ਦਿੱਤੀਆਂ। ਫਿਰ ਪਾਣੀ ਤੁਸੀਂ ਲੈ ਕੇ ਕਿੱਥੋਂ ਆਉਂਦੇ? ਪਾਣੀ ਖੂਹ ਹੈ ਜੀ, ਤੁਹਾਡੇ ਸਾਹਮਣੇ ਕੰਡੇ ਲੱਗੇ ਹੋਏ, ਬਾਲਟੀਆਂ ਲੈ ਕੇ ਖਿੱਚੀਦਾ ਜੀ, ਪਰ ਉਹਨਾਂ ਕੇ ਪੀਣੇ ਜੋਗਾ ਹੀ ਹੁੰਦਾ, ਨਹਾਉਣ ਵਾਸਤੇ ਤਾਂ ਪਾਣੀ ਉਹਰਾ ਪਰਾਂ ਦੇ ਟੈਂਕੀਆਂ ਰਾਹੀਂ ਢੋਣਾ ਪੈਂਦਾ ਜੀ, ਜਿੱਦਾਂ ਟਰੈਕਟਰ ਨਾਲ ਟੈਂਕੀਆਂ ਦੀ ਇੱਦਾਂ ਸਪਲਾਈ ਲੈਣੀ ਪੈਂਦੀ, ਬੁਰਾ ਹਾਲ ਹੈ ਪਾਣੀ। ਤੁਹਾਡੇ ਬਿਲਕੁਲ ਪਿੰਡ ਦੇ ਨਾਲ ਤਾਂ ਨਹਿਰ ਚੱਲਦੀ ਹੈ, ਨਹਿਰ ਦੇ ਵਿੱਚੋਂ ਨਹੀਂ ਪਾਣੀ ਸਪਲਾਈ ਆ ਸਕਦਾ ਕੀ? ਨਹਿਰ ਡੁੱਬਣ ਵਾਸਤੇ ਹੀ ਆ ਜੀ, ਪੀਣ ਵਾਸਤੇ ਤਾਂ ਨਹਿਰ ਵਾਲੇ ਵੀ ਨਹੀਂ ਚੱਕਣ ਦਿੰਦੇ ਪਾਣੀ, ਨਾ ਉਹ ਗੰਦਾ ਪਾਣੀ ਉੱਧਰ ਸੁੱਟਣ ਦਿੰਦੇ, ਇੱਧਰ ਪਿੰਡ ਬਰਖਾ ਵਾਲਾ ਪਾਣੀ ਉਹ ਡੁੱਬਣ ਵਾਸਤੇ ਤਿਆਰ ਹੋ ਜਾਂਦਾ।
ਉਹ ਵੀ ਨਹੀਂ ਨਹਿਰ ਵਾਲੇ ਪਾਣੀ ਸੁੱਟਣ ਦੇ ਵਿੱਚ ਜੀ, ਉਹ ਵੀ ਸਾਨੂੰ ਆਪਣੇ ਟਿਊਬਵੈੱਲ ਲਾ ਕੇ ਤਾਂ ਪਾਣੀ ਪਿੰਡ 'ਚ ਦੇ ਬਾਹਰ ਕੱਢਣਾ ਪੈਂਦਾ ਜੀ। ਬਿਲਕੁਲ ਜੀ, ਇਸ ਤੋਂ ਇਲਾਵਾ ਬਾਕੀ ਵੀ ਜਿਹੜੇ ਪਿੰਡ ਦੇ ਬਜ਼ੁਰਗ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਖਾਸ ਕਰਕੇ ਬੀਬੀਆਂ ਜਿਹੜੀਆਂ ਘਰ ਦੀਆਂ ਚੌਂਕਾ ਚੁੱਲ੍ਹਾ ਕਰਦੀਆਂ ਨੇ। ਬੀਬੀ ਜੀ ਕੀ ਨਾਂ ਤੁਹਾਡਾ? ਸੀਤਾ ਦੇਵੀ ਹੈ ਜੀ। ਕੀ ਲੱਗਦਾ ਪਾਣੀ ਦੀ ਸਮੱਸਿਆ ਇਹ ਪਹਿਲਾਂ ਤੋਂ ਹੀ ਆ ਕਿ ਤੁਹਾਨੂੰ ਇੱਥੇ ਵਿਆਹ ਹੋਇਆ ਨੂੰ ਕਾਫੀ ਟਾਈਮ ਹੋ ਗਿਆ ਹੋਣਾ? ਸਾਡੇ ਵਿਆਹ ਨੂੰ 23 ਸਾਲ ਹੋ ਗਏ ਜੀ। ਫਿਰ ਇਹ ਸਮੱਸਿਆ ਪਹਿਲਾਂ ਤੋਂ ਚੱਲਦੀ ਆ ਰਹੀ? ਹਾਂਜੀ, ਪਹਿਲਾਂ ਤੋਂ ਹੀ ਹੈ ਜੀ। ਫਿਰ ਹੁਣ ਪਾਣੀ ਕਿੱਥੋਂ ਲੈਂਦੇ, ਕਿਵੇਂ ਸਾਰਦੇ ਆ? ਪਾਣੀ ਸਾਡਾ ਇਹਨਾਂ ਦੇ ਔਖੀ ਹੈ ਜ਼ਿਆਦਾ, ਮਤਲਬ ਸਾਡਾ ਹੈ ਥੋੜ੍ਹਾ, ਸਾਡਾ ਪੀਣੇ ਜੋਗਾ ਨਹੀਂ ਹੈਗਾ, ਮਤਲਬ ਅਸੀਂ ਪੀਣੇ ਜੋਗਾ ਨਲਕੇ ਦੇ ਭਰਦੇ ਹਾਂ ਜੀ। ਨਲਕਾ ਕਿੱਥੋਂ ਆਉਂਦਾ? ਕਿਸੇ ਦਾ ਹੀ ਹੈ ਜੀ। ਹਾਂਜੀ, ਕਿਸੇ ਦੇ ਘਰ ਤੋਂ ਭਰਦੇ ਹੋ? ਪਾਣੀ ਕਿਸੇ ਦੇ ਘਰ ਤੇ ਭਰਦੇ ਜੀ। ਬਿਲਕੁਲ ਜੀ। ਬੀਬੀ ਜੀ ਤੁਹਾਨੂੰ ਜਿਹੜੀ ਸਮੱਸਿਆ ਹੈ ਕਿਸ ਤਰ੍ਹਾਂ? ਸਾਨੂੰ ਸਮੱਸਿਆ ਵੀਰ ਜੀ ਇਹੀ ਆ ਵੀ ਸਾਡਾ ਪਾਣੀ ਦਾ ਹਿੱਲਾ ਨਹੀਂ ਹੈਗਾ, ਸਾਨੂੰ ਬਹੁਤ ਔਖੀ ਹੈ ਜੀ ਪਾਣੀ ਦੀ। ਬਈ ਅਸੀਂ ਤਾਂ ਰਾਤ ਨੂੰ ਵੀ ਉੱਠ ਉੱਠ ਕੇ ਪਾਣੀ ਭਰਨਾ, ਰਾਤ ਨੂੰ ਵੀ ਮੈਸਾਂ ਨੂੰ, ਡੰਗਰਾਂ ਨੂੰ, ਆਪ ਨੂੰ ਵੀ ਤਾਂ ਪਾਣੀ ਵਰਤਦੇ ਜੀ ਅਸੀਂ। ਪਾਣੀ ਮਿਲਦਾ ਨਹੀਂ, ਖੂਹ ਵੀ ਸੁੱਕ ਜਾਂਦਾ ਜੀ, ਪਾਣੀ ਹੈ ਨਹੀਂ ਮਿਲਦਾ ਜੀ। ਰੋਹੀ ਨੂੰ ਬਹੁਤ ਔਖੀ ਆਈ ਸਾਨੂੰ, ਬਸ ਸਾਡੀ ਇਹੀ ਸਮੱਸਿਆ ਹੈ ਜੀ। ਬਿਲਕੁਲ ਜੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਗਰਮੀ ਦਾ ਮੌਸਮ ਹੈ, ਬੱਚੇ ਕੱਪੜੇ ਗੰਦੇ ਕਰਦੇ, ਗਰਮੀ 'ਚ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ, ਫਿਰ ਕਿਸ ਤਰ੍ਹਾਂ ਸਾਰਦੇ ਤੁਸੀਂ? ਬਸ ਜੀ ਲੋਕਾਂ ਤੋਂ ਭਰ ਭਰ ਕੇ ਤਾਂ ਸਾਰੀ ਦਾ, ਬਾਕੀ ਹੋਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਜਦੋਂ ਮਦਨ ਮੋਹਨ ਮਿੱਤਲ ਦੀ ਸਰਕਾਰ ਸੀ ਉਦੋਂ ਸਾਡੇ ਸਰਪੰਚ ਸੀ ਕਸ਼ਮੀਰਾ ਸਿੰਘ ਜੀ, ਉਹਨਾਂ ਨੇ 585-85 ਰੁਪਏ ਸਾਤੋਂ ਲਏ ਵੀ ਤੁਹਾਨੂੰ ਵਾਟਰ ਸਪਲਾਈ ਆਊਂਗੀ। 8-9 ਸਾਲ ਹੋ ਗਏ ਹਜੇ ਤੱਕ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ, 585 ਵੀ ਗਏ। ਜਿਹੜੇ ਉਹ ਪੈਸੇ ਲਏ ਤੇ ਤੁਸੀਂ ਪੁੱਛੇ ਨਹੀਂ ਵੀ ਕਿੱਥੇ ਗਏ ਪੈਸੇ, ਉਹ ਕਿਹਨੇ ਪੁੱਛਿਆ ਜੀ? ਇੱਕ ਦੋ ਵਾਰੀ ਕਹਿੰਦੇ ਹੋ ਜਾਣਾ ਜੀ ਪ੍ਰਬੰਧ ਹੋ ਜਾਣਾ, ਮੁੜ ਕੇ ਅਸੀਂ ਵੀ ਗੌਰ ਨਹੀਂ ਕੀਤੀ ਵੀ ਕੋਈ ਬੋਲਦਾ ਨਹੀਂ, ਆਪਾਂ ਇਕੱਲੇ ਕਿਉਂ ਬੋਲੀਏ। KP ਰਾਣਾ ਜੀ ਆਏ ਇੱਥੇ ਬੈਠ ਕੇ ਵਿਹੜੇ ਵਿੱਚ, ਕਹਿ ਕੇ ਗਏ ਤੁਹਾਨੂੰ ਪਾਣੀ ਦਾ ਪ੍ਰਬੰਧ ਹੋਊਗਾ। ਸਰਕਾਰ ਆ ਕੇ ਵੀ ਚੱਲ ਗਈ ਪਰ ਪਾਣੀ ਦਾ ਪ੍ਰਬੰਧ ਨਹੀਂ ਹੋਇਆ। ਜਿਹੜੀ ਹੁਣ ਮੌਜੂਦਾ ਸਰਕਾਰ ਹੈ, ਮੌਜੂਦਾ ਸਰਕਾਰ ਨੂੰ ਹੋ ਗਏ, ਹਰਜੋਤ ਮਹਿਸ ਜੀ ਨੂੰ ਸਭ ਤੋਂ ਪਹਿਲਾਂ ਅਸੀਂ ਇਹੀ ਕਿਹਾ ਸੀ ਵੀ ਸਾਡੇ ਪਿੰਡ 'ਚ ਵਾਟਰ ਸਪਲਾਈ ਨਹੀਂ ਹੈ। ਉਦੋਂ ਦਾ ਜਿਸ ਟਾਈਮ ਵੋਟਾਂ ਮੰਗਣ ਆਏ, ਹਾਂਜੀ ਕਰਾਂਗੇ ਜੀ, ਤੁਸੀਂ ਸਾਨੂੰ ਵੋਟ ਪਾਓ ਅਸੀਂ ਜ਼ਰੂਰ ਕਰਾਂਗੇ, ਪਰ ਅੱਜ ਤੱਕ ਬੱਟੀ ਨਹੀਂ ਵਾਹੀ। 2.5 ਸਾਲ ਹੋ ਗਏ ਜੇ ਜਦੋਂ ਆਉਂਦੇ ਆ ਪਿੰਡ ਵਿੱਚ ਚਮਚੇ ਫੋਟੋਆਂ ਖਿਚਾ ਕੇ ਭੇਜ ਦਿੰਦੇ ਉਹਨਾਂ ਨੂੰ, ਸਾਨੂੰ ਤਾਂ ਅੱਗੇ ਗੱਲ ਵੀ ਨਹੀਂ ਕਰਨ ਦਿੰਦੇ। 2.5 ਸਾਲ ਤਾਂ ਉਹਨਾਂ ਨੂੰ ਹੋ ਗਏ, ਹੁਣ ਵੀ ਤਾਂ ਵੋਟਾਂ ਲੈਣ ਆਏ ਸੀ। ਆਏ ਸੀ ਜੀ, ਉਸ ਟਾਈਮ ਮੈਂ ਕਿਹਾ ਉਹਨਾਂ ਨੂੰ ਵੀ ਅਸੀਂ ਵੋਟ ਨਹੀਂ ਪਾਣੀ ਹੈਗੀ, ਕਹਿੰਦੇ ਅਸੀਂ ਵੋਟਾਂ ਮੰਗਣ ਨਹੀਂ ਆਵਾਂਗੇ ਥੋਤੋਂ ਅਗਰ ਤੁਹਾਡੇ ਪਿੰਡ 'ਚ ਪਾਣੀ ਦਾ ਪ੍ਰਬੰਧ ਨਹੀਂ ਹੋਊਗਾ। ਮੈਂ ਕਿਹਾ ਕੋਈ ਨਹੀਂ ਕਰੋ ਪਾਣੀ ਦਾ ਪ੍ਰਬੰਧ, ਅਸੀਂ ਜੀ ਸੱਦ ਕੇ ਵੋਟ ਦੇਵਾਂਗੇ, ਪਰ ਅਦਰਵਾਈਜ਼ ਅਸੀਂ ਵੋਟ ਨਹੀਂ ਪਾਵਾਂਗੇ ਅਗਰ ਪਾਣੀ ਦਾ ਪ੍ਰਬੰਧ ਨਹੀਂ। ਇਸ ਵਾਰ ਵੋਟ ਪਾਈ ਨਹੀਂ ਤੁਸੀਂ? ਨਹੀਂ ਪਾਈ ਜੀ, ਮੈਂ ਨਹੀਂ ਪਾਈ ਵੋਟ। ਮੈਂ ਉਹਨਾਂ ਨੂੰ ਉਸੇ ਟਾਈਮ ਕਹਿ ਦਿੱਤਾ ਸੀ ਮੈਂ ਵੋਟ ਨਹੀਂ ਪਾਊਂਗੀ, ਜਿਸ ਟਾਈਮ ਸਾਡੇ ਪਿੰਡ 'ਚ ਸਹੂਲਤ ਹੋਊਂਗੀ ਉਸ ਟਾਈਮ ਵੋਟ ਮਿਲੂੰਗੀ, ਉਸ ਤੋਂ ਇਲਾਵਾ ਵੋਟ ਨਹੀਂ ਮਿਲੂੰਗੀ। ਮੈਂ ਵੋਟ ਨਹੀਂ ਪਾਈ, ਨਾ ਮੇਰੇ ਹਸਬੈਂਡ ਨੇ ਪਾਈ, ਨਾ ਮੈਂ ਪਾਈ। ਬਿਲਕੁਲ ਜੀ, ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਦਾ ਇਹ ਹਦਾਇਤ ਸੀਗੀ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਭੁਗਤਾਈਏ, ਪਰ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ, ਅਸੀਂ ਵੋਟ ਹੀ ਨਹੀਂ ਪਾਈ, ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਅੱਜ ਜਿਹੜੇ ਲੋਕ ਹੈ ਉਹ ਇੰਨੇ ਕੁ ਦੁਖੀ ਹੋ ਚੁੱਕੇ, ਉਹਨਾਂ ਨੂੰ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਹ ਇਸ ਕਦਰ ਵੱਧ ਚੁੱਕੀਆਂ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਜੇ ਵੋਟ ਇਹਨਾਂ ਨੂੰ ਨਾ ਪਾਵਾਂਗੇ ਤਾਂ ਸ਼ਾਇਦ ਸਾਡੀਆਂ ਸਮੱਸਿਆ ਦਾ ਹੱਲ ਜਿਹੜਾ ਹੈ ਕਿਸੇ ਤਰੀਕੇ ਨਾਲ ਹੋ ਸਕਦਾ। ਪਰ ਮੌਜੂਦਾ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਜਿਹੜੇ ਲੋਕ ਹੈ, ਖਾਸ ਕਰਕੇ ਇਤਿਹਾਸਿਕ ਨਗਰੀ ਹੈ ਕੀਰਤਪੁਰ ਸਾਹਿਬ, ਉਹਦੇ ਨਾਲ ਲੱਗਦਾ ਜਿਹੜਾ ਇਹ ਪਿੰਡ ਹੈ, ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧੀਨ ਆਉਂਦਾ। ਪਹਿਲਾਂ ਪੰਚਾਇਤਾਂ ਹੁੰਦੀਆਂ ਸੀ, ਫਿਰ ਨਗਰ ਪੰਚਾਇਤ ਦੇ ਅਧੀਨ ਆ ਗਿਆ। ਹਲੇ ਤੱਕ ਜਿਹੜਾ 75 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਚੁੱਕੇ ਹੈ, ਪਰ ਇਹ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਜਿਹੜੇ ਹੈ ਵਾਂਝੇ ਨੇ। ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱਤ ਸਿੰਘ ਰਾਣਾ, ਪੰਜਾਬੀ ਲੋਕ ਚੈਨਲ, ਸ਼੍ਰੀ ਕੀਰਤਪੁਰ ਸਾਹਿਬ। ਸਮੱਸਿਆ ਕਿਆ ਲੱਗਦਾ? ਦੇਖੋ ਜੀ, ਭਗਵਾਲੇ ਪਿੰਡ ਦੇ ਲੋਕ ਪਾਣੀ 'ਤੇ ਇੰਨੇ ਪਰੇਸ਼ਾਨ ਹੈ, ਠੀਕ ਹੈ। ਮੰਤਰੀ ਸਾਹਿਬ ਆਉਂਦੇ, ਚਾਹੇ ਮੰਤਰੀ ਸਾਹਿਬ ਲਾ ਲਓ, ਚਾਹੇ ਜਿਹੜੀ ਮਰਜ਼ੀ ਸਰਕਾਰ ਲਾ ਲਓ, ਸਿਰਫ ਉਹਨਾਂ ਨੂੰ ਇੰਨਾ ਕੁ ਮਤਲਬ ਹੁੰਦਾ ਇਹਨਾਂ ਤੋਂ ਬੂਟਾ ਕਿੱਦਾਂ ਲੈਣੀ ਆ। ਇਹਨਾਂ ਨੂੰ ਬੇਵਕੂਫ ਬਣਾ ਕੇ ਬੂਟਾ ਲੈ ਜਾਂਦੇ, ਫਿਰ ਆ ਕੇ ਕੋਈ ਨਹੀਂ ਪੁੱਛਦੇ। ਇਸ ਪਿੰਡ ਦੇ ਮੈਨੂੰ ਇੰਨਾ ਕੁ ਵੀ ਪਤਾ ਹੈ
ਮੰਤਰੀ ਸਾਹਿਬ ਦੇ ਚਹੇਤੇ ਵੀ ਹੈਗੇ ਆ ਵੀ ਉਹ ਇਹਨਾਂ ਦਾ ਕੰਮ ਕਰਾਉਣਾ ਕਹਿ ਕੇ ਜਿਹੜੇ ਇਹਦੇ ਪਿੰਡ ਦਾ ਕੰਮ ਹੈ ਪਾਣੀ ਦੀ ਸਮੱਸਿਆ ਹੈ ਤੁਹਾਨੂੰ ਇਹ ਸਾਡੀਆਂ ਮਾਤਾ ਭੈਣਾਂ ਨੇ ਦੱਸਤਾ ਪਰ ਹੁਣ ਅਸੀਂ ਲੋਕਾਂ ਨੇ ਇਹੋ ਜਿਹੇ ਮਨ ਬਣਾ ਲਏ ਜਿਹੜੇ ਸਾਡੇ ਕੰਮ ਕਰਾਉਂਗੇ ਅਸੀਂ ਆਉਣ ਵਾਲੇ ਟਾਈਮਾਂ ਦੇ ਵਿੱਚ ਵੋਟ ਉਹਨੂੰ ਪਾਉਂਗੇ ਜਿਹੜਾ ਸਾਡਾ ਕੰਮ ਨਹੀਂ ਕਰਾਉਂਗਾ ਆਪਾਂ ਜੁੱਤੀ ਲੈ ਕੇ ਪਿੰਡਾਂ 'ਚੋਂ ਉਹਨਾਂ ਨੂੰ ਭਜਾਵਾਂਗੇ।